ਸੁਖਬੀਰ ਬਾਦਲ ਦੁਆਰਾ ਲੋਕ ਸਭਾ ਇਲੈਕਸ਼ਨ ਦੌਰਾਨ ਫਿਰੋਜ਼ਪੁਰ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਜਲਾਲਾਬਾਦ ਦੀ ਸੀਟ ਖਾਲੀ ਹੋ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੁਆਰਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਿਲਸਿਲੇ ਵਿੱਚ ਲੋਕਾਂ ਦੀ ਮੰਗ ਸੀ ਕਿ ਮਾਸਟਰ ਮਦਨ ਸਿੰਘ ਨੂੰ ਜਲਾਲਾਬਾਦ ਦੀ ਟਿਕਟ ਦਿੱਤੀ ਜਾਵੇ, ਜਿਸ ਤਹਿਤ ਅੱਜ ਮਾਸਟਰ ਮਦਨ ਸਿੰਘ ਵੱਲੋਂ ਆਪਣੇ ਘਰ ਸੁਖਮਣੀ ਸਾਹਿਬ ਦਾ ਪਾਠ ਕਰਵਾ ਕੇ ਗੁਰੂ ਦਾ ਆਸਰਾ ਲੈ ਕੇ ਲੋਕਾਂ ਦੀ ਮੰਗ 'ਤੇ ਚੋਣ ਪ੍ਰਚਾਰ ਦਾ ਆਗਾਜ਼ ਸ਼ੁਰੂ ਕਰ ਦਿੱਤਾ ਗਿਆ। ਸੁਖਮਣੀ ਸਾਹਿਬ ਦੇ ਪਾਠ ਮੌਕੇ ਮਾਸਟਰ ਮਦਨ ਸਿੰਘ ਦੇ ਨਿਵਾਸ 'ਤੇ ਪਹੁੰਚੇ ਵੱਖ ਵੱਖ ਪਿੰਡਾਂ ਤੋਂ ਪੰਚਾਂ ਅਤੇ ਸਰਪੰਚਾਂ ਨੇ ਇਕੱਠ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਦਨ ਸਿੰਘ ਵਾਸਤੇ ਟਿਕਟ ਦੀ ਮੰਗ ਕੀਤੀ ਗਈ। ਪਹੁੰਚੇ ਹੋਏ ਲੋਕਾਂ ਇੱਕ ਆਵਾਜ਼ ਲਗਾਉਂਦੇ ਹੋਏ ਕਿਹਾ ਕਿ ਇਸ ਵਾਰ ਨਵੇਂ ਚਿਹਰੇ ਨੂੰ ਟਿਕਟ ਦਿੱਤੀ ਜਾਵੇ, ਕਿਉਂਕਿ ਪੁਰਾਣੇ ਚਿਹਰੇ ਕਾਫੀ ਸਮੇਂ ਤੋਂ ਜਿੱਤ ਹਾਸਲ ਨਾ ਕਰਕੇ ਉੱਕਰ ਸੀਟ ਲੰਬੇ ਸਮੇਂ ਤੋਂ ਅਕਾਲੀ ਦਲ ਜਿੱਤਦਾ ਆ ਰਿਹਾ ਹੈ। ਜੇ ਪਾਰਟੀ ਮੈਨੂੰ ਮੌਕਾ ਦਿੰਦੀ ਹੈ, ਕਾਂਗਰਸ ਪਾਰਟੀ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਜੀ, ਇਹ ਸੀਟ ਮੈਂ ਸਹਿਜ ਹੀ ਜਿੱਤ ਸਕਦਾ, ਕਿਉਂਕਿ ਮੈਂ ਲੰਬੇ ਸਮੇਂ ਤੋਂ ਹਰੇਕ ਸਮਾਜ ਵਿੱਚ ਵਿਚਰ ਰਿਹਾ, ਸੇਵਾ ਕਰ ਰਿਹਾ, ਅਤੇ ਜੇ ਪਾਰਟੀ ਮੌਕਾ ਦੇਗੀ ਤਾਂ ਇਸ ਇਲਾਕੇ ਦੀ, ਇਸ ਇਲਾਕੇ ਦਾ ਵਿਕਾਸ ਕਰਾਂਗੇ, ਸੇਵਾ ਕਰਾਂਗੇ, ਬਿਨਾਂ ਭੇਦਭਾਵ ਤੋਂ ਕਰਾਂਗੇ। ਇੱਥੇ ਕੋਈ ਬਰਾਦਰੀਵਾਦ ਦਾ ਸਵਾਲ ਨਹੀਂ, ਸਾਰੀਆਂ ਬਰਾਦਰੀਆਂ ਨਾਲ ਲੈ ਕੇ ਚੱਲਾਂਗਾ ਹਮੇਸ਼ਾ ਮੈਂ, ਕਿਉਂਕਿ ਮੈਂ ਸ਼ਹਿਰ ਵਿੱਚ 15 ਸਾਲ ਹੋਏ ਜਲਾਲਾਬਾਦ ਤੋਂ ਆਏ ਨੂੰ, ਤਾਂ ਮੇਰਾ ਬਹੁਤ ਇੱਥੇ ਸਾਰੀ ਲੋਕਲ ਜਿਹੜੀ ਸਾਡੇ ਬਰਾਦਰੀਆਂ ਨੇ, ਅਤੇ ਇਹ ਸੀਟ ਜਿਹੜੀ ਹੈ ਮੈਂ ਵਿਸ਼ਵਾਸ ਦਿਵਾਉਣਾ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਰਾਹੁਲ ਗਾਂਧੀ ਜੀ ਹੋਰਾਂ ਨੂੰ ਕਿ ਇਹ ਜਿਹੜੀ ਸੀਟ ਜਿੱਤ ਕੇ ਨਹੀਂ, ਬਹੁਤ ਹਜ਼ਾਰਾਂ ਦੀ ਜਿਹੜੀ ਮਾਰਜਨ ਨਾਲ ਇਹ ਸੀਟ ਜਿਹੜੀ ਜਿੱਤ ਕੇ ਕਾਂਗਰਸ ਵੱਟ ਜਿੱਤੇਗੀ। ਔਰ ਇੱਥੋਂ ਇੱਕ ਇਤਿਹਾਸ ਕਾਇਮ ਕੀਤਾ ਜਾਏਗਾ ਕਿ ਇੱਕ ਛੋਟਾ ਜਿਹਾ ਵਰਕਰ ਜਿਹੜਾ ਪਾਰਟੀ ਲਈ ਸੇਵਾ ਕਰ ਰਿਹਾ ਦਿਨ ਰਾਤ ਤੋਂ, ਜਿੱਤ ਕੇ ਸੀਟ ਜਿਹੜੀ ਹੈ ਕਾਂਗਰਸ ਪਾਰਟੀ ਦੀ ਚੋਲੀ ਪਾਈ ਹੈ, ਇਹ ਮੈਂ ਵਿਸ਼ਵਾਸ ਦਿਵਾਉਣਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ। ਕੈਪਟਨ ਸਾਹਿਬ ਤੋਂ ਅਸੀਂ ਮੰਗ ਕਰਦੇ ਹਾਂ ਕਿ ਨਵਾਂ ਚਿਹਰਾ ਮਾਸਟਰ ਮਦਨ ਜੀ ਨੂੰ ਟਿਕਟ ਦਿੱਤੀ ਜਾਵੇ, ਕਿ ਜਿਹੜੀ ਇੱਥੇ ਕਾਂਗਰਸ ਦੀ ਸੀਟ ਲੰਬੇ ਸਮੇਂ ਤੋਂ ਅਕਾਲੀਆਂ ਦੀ ਝੋਲੀ ਵਿੱਚ ਉਹ ਵਾਪਸ ਲਿਆਤੀ ਜਾਵੇ। ਲੋਕ ਇਸ ਵੇਲੇ ਬਹੁਤ ਪ੍ਰਵਾਹ ਹੈ, ਲੋਕ ਨਾਲ ਨੇ, ਨਵੇਂ ਚਿਹਰੇ ਨੂੰ ਪਸੰਦ ਕਰਦੇ ਨੇ, ਨਵੇਂ ਚਿਹਰੇ ਨੂੰ ਟਿਕਟ ਦਿੱਤੀ ਜਾਏ, ਸਾਡੀ ਇਹ ਬੇਨਤੀ ਇਲਾਕੇ ਦੀ ਤੋਂ ਮੰਗ ਕਰਦੇ ਹਾਂ। ਇੱਕ ਮਿਹਨਤੀ ਅਤੇ ਇਮਾਨਦਾਰ ਸੂਝਵਾਨ ਮਦਨ ਸਿੰਘ ਮਾਸਟਰ ਨੂੰ ਕਾਂਗਰਸ ਪਾਰਟੀ ਨੂੰ ਟਿਕਟ ਵੱਲੋਂ ਟਿਕਟ ਦੇ ਕੇ ਅਤੇ ਅਸੀਂ ਉਹਨਾਂ ਦੀ ਪੂਰੀ ਹਮਾਇਤ ਕਰਾਂਗੇ ਅਤੇ ਜਿੱਤ ਕੇ ਅਤੇ ਉਹਨਾਂ ਝੋਲੀ ਪਾਵਾਂਗੇ ਕਾਂਗਰਸ ਪਾਰਟੀ ਦੀ ਇਹ ਸੀਟ। ਮਦਨ ਜੀ ਨੂੰ ਸਿੱਖ ਮਿਲਣੀ ਚਾਹੀਦੀ ਹੈ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਪੜ੍ਹੇ ਲਿਖੇ ਨੌਜਵਾਨ ਸੂਝਵਾਨ ਬਹੁਤ ਹੀ ਇੰਟੈਲੀਜੈਂਟ, ਉਹਨਾਂ ਨੂੰ ਸਿੱਖ ਮਿਲਣੀ ਚਾਹੀਦੀ ਹੈ ਕਾਂਗਰਸ ਪਾਰਟੀ ਵੱਲੋਂ। ਅਸੀਂ ਮੰਗ ਕਰਦੇ ਹਾਂ ਕਿ ਮਾਸਟਰ ਮਦਨ ਲਾਲ ਜੀ ਨੂੰ ਸਿੱਖ ਦਿੱਤੀ ਜਾਵੇ, ਅਸੀਂ ਸਾਰੇ ਉਹਨਾਂ ਦੇ ਪਿੱਛੇ ਹਾਂ। ਜਲਾਲਾਬਾਦ ਤੋਂ ਕੈਮਰਾਮੈਨ ਸਤਨਾਮ ਦੇ ਨਾਲ ਹਰਪ੍ਰੀਤ ਮਹਿਮੀ ਦੀ ਰਿਪੋਰਟ।